ਕੀ ਹਾਲ ਚਾਲ ਹੈ ਫਿਰ ਬੋਡੀ ਟਰਾਂਸਫਾਰਮ ਦੇ ਸਾਥੀਓ। ਤੋਂ ਅੱਜ ਤੋਂ ਆਪਾਂ ਸਟਾਰਟ ਕਰਾਂਗੇ ਬੋਡੀ ਟਰਾਂਸਫਾਰਮ ਦਾ ਡੇ 1, ਜਿਸ ਵਿੱਚ ਕਿ ਤੁਹਾਨੂੰ ਆਪਾਂ ਪੂਰਾ ਦਿਨ ਦੱਸਾਂਗੇ ਆਪਾਂ ਕੀ ਵਰਕਆਊਟ ਕਰਾਂਗੇ ਅਤੇ ਕੀ ਆਪਾਂ ਡਾਇਟ ਖਾਵਾਂਗੇ। ਅਤੇ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਆਪਣੇ ਬੋਡੀ ਟਰਾਂਸਫਾਰਮ ਲਈ ਕੀ ਕਰ ਸਕਦਾ ਹਾਂ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਅਤੇ ਆਪਾਂ ਹੁਣ ਹਰ ਰੋਜ਼ ਇੱਦਾਂ ਹੀ ਬਲੌਗ ਪਾਵਾਂਗੇ ਜਿਸ ਵਿੱਚ ਕਿ ਆਪਾਂ ਤੁਹਾਨੂੰ ਬੋਡੀ ਟਰਾਂਸਫਾਰਮ ਬਾਰੇ ਦੱਸਾਂਗੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਤਾਂ ਚਲੋ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਪੀਵਾਂਗੇ 3 ਤੋਂ 4 ਗਲਾਸ ਪਾਣੀ। ਇਸ ਵਿੱਚ ਆਪਾਂ 3 ਗਲਾਸ ਪਾਣੀ ਦੇ ਪਾਏ ਹਨ, 2 ਗਰਮ ਅਤੇ 1 ਠੰਡਾ। ਅਤੇ ਇਹਨੂੰ ਆਪਾਂ ਹੁਣ ਪੀਵਾਂਗੇ। ਇਹ ਆਪਾਂ ਹੁਣ ਡੇਲੀ ਪੀਵਾਂਗੇ ਹਰ ਰੋਜ਼। ਹੁਣ ਆਪਾਂ ਲਵਾਂਗੇ ਆਪਣੀ ਦੇਸੀ ਡਾਇਟ, ਜਿਸ ਵਿੱਚ ਕਿ ਆਪਾਂ ਛੋਲੇ ਅਤੇ ਮੂੰਗਫਲੀ ਕੱਚੀ, ਅਤੇ ਇਹਨੂੰ ਆਪਾਂ ਹੁਣ ਖਾਵਾਂਗੇ। ਅਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਵਰਕਆਊਟ। ਹੁਣ ਆਪਾਂ ਚੱਲਾਂਗੇ ਜੇ ਵਰਕਆਊਟ ਕਰਨ। ਅਤੇ ਆਏ ਆਪਣਾ ਵਰਕਆਊਟ ਕਰਨ ਲਈ, ਅਤੇ ਇੱਥੇ ਆਪਾਂ ਹੁਣ ਕਰਾਂਗੇ ਜੀ ਲੈਗਸ ਦਾ ਵਰਕਆਊਟ। ਚਲੋ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਾਰਮ ਅਪ, ਫਿਰ ਆਪਾਂ ਸਾਰੇ ਐਕਸਰਸਾਈਜ਼ ਲਾਵਾਂਗੇ 4-4 ਸੈੱਟ 20-20 ਰੈਪੀਟੇਸ਼ਨ ਦੇ। ਚਲੋ ਕਰਦੇ ਹਾਂ ਸਟਾਰਟ ਲੈਗਸ ਵਰਕਆਊਟ। ਹੁਣ ਆਪਾਂ ਵਾਰਮ ਅਪ ਖਤਮ ਕਰਕੇ ਸਾਰੇ ਐਕਸਰਸਾਈਜ਼ ਲਾਵਾਂਗੇ 4-4 ਸੈੱਟ 20-20 ਰੈਪੀਟੇਸ਼ਨ ਦੇ। ਚਲੋ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਲੰਜਿਸ 4 ਸੈੱਟ 20-20 ਰੈਪੀਟੇਸ਼ਨ ਦੇ। ਹੁਣ ਆਪਾਂ ਕਰਾਂਗੇ ਸਕੋਟਸ 4 ਸੈੱਟ 20-20 ਰੈਪੀਟੇਸ਼ਨ ਦੇ। ਹੁਣ ਆਪਾਂ ਕਰਾਂਗੇ ਜੰਪਿੰਗ ਸਕੋਟਸ 4 ਸੈੱਟ 20-20 ਰੈਪੀਟੇਸ਼ਨ।
ਹੁਣ ਆਪਾਂ ਕਰਾਂਗੇ ਦੇਸੀ ਬੈਠਕ 4 ਸੈੱਟ ਵਿਸ਼ ਵਿਸ਼ ਰੈਪੀਟੇਸ਼ਨ। ਲੈਗਸ ਦਾ ਵਰਕਆਊਟ ਕਰਦੇ ਕਰਦੇ ਸਾਡਾ ਲੱਗਿਆ ਯਾਰ, ਅਤੇ ਹੁਣ ਆਪਾਂ ਵਰਕਆਊਟ ਖਤਮ ਕਰਕੇ ਜਾਵਾਂਗੇ ਘਰ ਅਤੇ ਖਾਵਾਂਗੇ ਆਪਾਂ ਦੇਸੀ ਡਾਇਟ, ਅਤੇ ਸ਼ਾਮ ਨੂੰ ਅੱਜ ਆਪਾਂ ਕਰਾਂਗੇ ਸ਼ੋਲਡਰ ਦਾ ਵਰਕਆਊਟ। ਤਾਂ ਚਲੋ ਚੱਲਦੇ ਹਾਂ ਆਪਾਂ ਘਰ, ਚਲੋ ਜੀ ਆਪਾਂ ਹੁਣ ਚੱਲਦੇ ਹਾਂ ਘਰ ਅਤੇ ਖਾਂਦੇ ਆਪਣੀ ਦੇਸੀ ਡਾਇਟ। ਅਤੇ ਚਲੋ ਹੁਣ ਆਪਾਂ ਵਰਕਆਊਟ ਕਰਕੇ ਖਤਮ ਕਰਕੇ ਅਤੇ ਮੂੰਹ ਹੱਥ ਧੋ ਕੇ ਆ ਗਏ ਹਾਂ, ਅਤੇ ਹੁਣ ਆਪਾਂ ਖਾਵਾਂਗੇ ਆਪਣਾ ਦੇਸੀ ਪ੍ਰੋਟੀਨ। ਅਤੇ ਆਪਾਂ ਰਾਤ ਦਾ ਭਿਗੋਏ ਸੀਗੇ ਛੋਲੇ ਕਿਸ਼ਮਿਸ਼ ਅਤੇ ਹਰੀ ਮੂੰਗ ਅਤੇ ਕਾਲੇ ਛੋਲੇ ਚਿੱਟੇ ਛੋਲੇ, ਅਤੇ ਹੁਣ ਆਪਾਂ ਇਹਦੇ ਵਿੱਚ ਸੋਗੀ ਅਲੱਗ ਕਰਕੇ ਅਤੇ ਫਿਰ ਆਪਾਂ ਬਾਕੀ ਨੇ ਲਾਵਾਂਗੇ ਤੜਕਾ। ਤਾਂ ਚਲੋ ਲਾਉਂਦੇ ਹਾਂ ਤੜਕਾ। ਆਪਣਾ ਦੇਸੀ ਪ੍ਰੋਟੀਨ ਬਣ ਕੇ ਤਿਆਰ ਹੈ ਅਤੇ ਹੁਣ ਆਪਾਂ ਇਹਨੂੰ ਖਾਵਾਂਗੇ। ਅਤੇ ਚਲੋ ਆਪਣਾ ਦੇਸੀ ਪ੍ਰੋਟੀਨ ਅਤੇ ਇਹਨੂੰ ਖਾ ਕੇ ਕਰਦੇ ਹਾਂ ਖਤਮ। ਅਤੇ ਆਪਾਂ ਹੁਣ ਆਪਣਾ ਦੇਸੀ ਪ੍ਰੋਟੀਨ ਖਾ ਰਹੇ ਹਾਂ, ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਇਸ ਦੀ ਜਗ੍ਹਾ ਹੋਰ ਵੀ ਕੋਈ ਚੀਜ਼ ਲੈ ਸਕਦਾ ਹਾਂ ਜਾਂ ਨਹੀਂ। ਅਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਅਤੇ ਹੁਣ ਆਪਾਂ ਇਹਨੂੰ ਖਤਮ ਕਰਦੇ ਹਾਂ, ਅਤੇ ਮੈਨੂੰ ਦੱਸਣਾ ਜ਼ਰੂਰ ਕਿ ਇਸ ਦੀ ਜਗ੍ਹਾ ਮੈਂ ਕੁਛ ਹੋਰ ਵੀ ਲੈ ਸਕਦਾ ਜਾਂ ਨਹੀਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਅੱਗੇ ਹੁਣ ਆਪਾਂ ਸ਼ਾਮ ਨੂੰ ਕਰਾਂਗੇ ਸ਼ੋਲਡਰ ਦਾ ਵਰਕਆਊਟ, ਅਤੇ ਹੁਣ ਆਪਾਂ ਇਹ ਖਾ ਕੇ ਅਤੇ ਕਰਾਂਗੇ ਜੀ ਖਾਵਾਂਗੇ ਖਾਣਾ। ਅਤੇ ਚਲੋ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ। ਹੁਣ ਆਪਾਂ ਪੀਵਾਂਗੇ ਜੀ ਚਾਹ, ਅਤੇ ਚਾਹ ਤਾਂ ਆਪਾਂ ਜ਼ਰੂਰ ਪੀਵਾਂਗੇ ਜੀ। ਹੁਣ ਆਪਾਂ ਖਾਵਾਂਗੇ ਜੀ ਖਾਣਾ ਦਾਲ ਚੌਲ, ਅਤੇ ਨਾਲ ਉਸ ਤੋਂ ਬਾਅਦ ਆਪਾਂ ਫਿਰ ਖਾਵਾਂਗੇ ਜੀ ਗੁੜ ਜੋ ਕਿ ਵੇਟ ਗੇਨ ਵਿੱਚ ਹੈਲਪ ਕਰਦਾ ਹੈ। ਅਤੇ ਚਲੋ ਖਾਂਦੇ ਹਾਂ ਖਾਣਾ, ਅਤੇ ਫਿਰ ਆਪਾਂ ਸ਼ਾਮ ਨੂੰ ਕਰਾਂਗੇ ਜੀ ਸ਼ੋਲਡਰ ਦਾ ਵਰਕਆਊਟ। ਹੁਣ ਆਪਾਂ ਖਾਂਦੇ ਹਾਂ ਜੀ ਦਾਲ ਚੌਲ, ਚੌਲ ਵੇਟ ਗੇਨ 'ਚ ਹੈਲਪ ਕਰਦੇ ਹਨ ਮੈਨੂੰ ਸਿਰਫ ਇੰਨਾ ਪਤਾ, ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਇਸ ਦੀ ਜਗ੍ਹਾ ਕੁਛ ਹੋਰ ਵੀ ਖਾ ਸਕਦਾ ਜਾਂ ਨਹੀਂ। ਵੈਸੇ ਮੈਂ 3 ਟਾਈਮ ਹੀ ਚੌਲ ਅਤੇ ਦਾਲ ਖਾਂਦਾ। ਸ਼ਾਮ ਦੇ ਹੋ ਗਏ 4:30, ਅਤੇ ਹੁਣ ਆਪਾਂ ਖਾਵਾਂਗੇ ਦਲੀਆ, ਅਤੇ ਜਿਹੜੇ ਆਪਾਂ ਸਵੇਰੇ ਕਿਸ਼ਮਿਸ਼ ਭਿਗੋਏ ਸੀਗੇ ਇਹਨੂੰ ਪਾਵਾਂਗੇ ਆਪਾਂ ਦਲੀਏ ਵਿੱਚ ਅਤੇ ਖਾਵਾਂਗੇ। ਅਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਸ਼ੋਲਡਰ ਦਾ ਵਰਕਆਊਟ। ਇਹਨੂੰ ਖਾਂਦੇ ਹਾਂ ਅਤੇ ਕਰਦੇ ਹਾਂ ਖਤਮ, ਅਤੇ ਚੱਲਦੇ ਹਾਂ ਗਰਾਊਂਡ 'ਤੇ ਕਰਦੇ ਹਾਂ ਸ਼ੋਲਡਰ ਦਾ ਵਰਕਆਊਟ। ਹੁਣ ਆਪਣਾ ਦਲੀਆ ਕਰਤਾ ਹੈ ਖਤਮ, ਅਤੇ ਚਲੋ ਆਪਾਂ ਹੁਣ ਕਰਾਂਗੇ ਸ਼ੋਲਡਰ ਦਾ ਵਰਕਆਊਟ। ਚਲੋ ਫਿਰ ਚੱਲਦੇ ਹਾਂ ਅਤੇ ਪਾਉਂਦੇ ਹਾਂ ਬੂਟ।
ਬੂਟ ਆਪਾਂ ਪਾ ਲਏ ਅਤੇ ਹੁਣ ਆਪਾਂ ਕਰਾਂਗੇ ਸ਼ੋਲਡਰ ਦਾ ਵਰਕਆਊਟ ਅਤੇ ਚਲਦੇ ਹਾਂ ਗਰਾਊਂਡ ਨੂੰ ਅਤੇ ਘਰ ਦੇ ਪਿੱਛੇ ਆਪਾਂ ਗਰਾਊਂਡ ਬਣਾਇਆ ਹੈ ਇੱਥੇ ਕਰਾਂਗੇ ਜੀ ਆਪਾਂ ਹੁਣ ਸ਼ੋਲਡਰ ਦਾ ਵਰਕਆਊਟ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਵਾਰਮ ਅਪ ਫਿਰ ਆਪਾਂ ਲਾਵਾਂਗੇ ਸ਼ੋਲਡਰ ਦੇ ਸਾਰਿਆਂ ਦੇ ਚਾਰ ਚਾਰ ਸੈੱਟ ਵਿਸ਼ ਵਿਸ਼ ਰੈਪੀਟੇਸ਼ਨ ਦੇ ਚਲੋ ਕਰਦੇ ਹਾਂ ਸਟਾਰਟ ਆ ਰਹੀ ਜੀ ਸ਼ੋਲਡਰ ਦੀ ਕੰਡੀਸ਼ਨ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਸ਼ੋਲਡਰ ਦਾ ਵਾਰਮ ਅਪ ਫਿਰ ਆਪਾਂ ਕਰਾਂਗੇ ਜੀ ਸ਼ੋਲਡਰ ਦੇ ਐਕਸਰਸਾਈਜ਼ ਸਾਰੇ ਚਾਰ ਚਾਰ ਸੈੱਟ ਵੀਹ ਵੀਹ ਰੈਪੀਟੇਸ਼ਨ ਇਸ ਐਕਸਰ ਦੇ ਆਪਾਂ ਕਰਾਂਗੇ ਚਾਰ ਸੈੱਟ ਵੀਹ ਵੀਹ ਰੈਪੀਟੇਸ਼ਨ ਇਸ ਤੋਂ ਬਾਅਦ ਆਪਾਂ ਕਰਾਂਗੇ ਇਸ ਐਕਸਰ ਦੇ ਵਿੱਚ ਚਾਰ ਸੈੱਟ ਵਿਸ ਵਿਸ ਰੈਪੀਟੇਸ਼ਨ ਅਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਸ ਐਕਸਰ ਦੇ ਵਿੱਚ ਚਾਰ ਸੈੱਟ ਵਿਸ਼ ਵਿਸ਼ ਰੈਪੀਟੇਸ਼ਨ ਦੇ ਇਸ ਦੇ ਵਿੱਚ ਆਪਾਂ ਚਾਰ ਸੈੱਟ ਲਾਵਾਂਗੇ ਵਿਸ਼ ਵਿਸ਼ ਰੈਪੀਟੇਸ਼ਨ ਦੇ ਇਸ ਐਕਸ ਦੇ ਆਪਾਂ ਲਾਵਾਂਗੇ ਚਾਰ ਸੈੱਟ ਵੀਹ ਰੈਪੀਟੇਸ਼ਨ ਦੇ ਇਸ ਐਕਸ ਦੇ ਆਪਾਂ ਚਾਰ ਸੈੱਟ ਲਾਵਾਂਗੇ ਵੀਹ ਵੀਹ ਰੈਪੀਟੇਸ਼ਨ ਦੇ ਇਸ ਦੇ ਵਿੱਚ ਚਾਰ ਸੈੱਟ ਵੀਹ ਵੀਹ ਰੈਪੀਟੇਸ਼ਨ ਦੇ ਅਤੇ ਸਾਰਾ ਵਰਕਆਊਟ ਕਰਕੇ ਤੁਹਾਨੂੰ ਦੱਸਾਂਗੇ ਲਾਸਟ ਵੀਡੀਓ ਅਤੇ ਹੁਣ ਆਪਾਂ ਸਾਰੇ ਕਰਦੇ ਹਾਂ ਵਰਕਆਊਟ ਵਰਕਆਊਟ ਤੋਂ ਬਾਅਦ ਸ਼ੋਲਡਰ ਦੀ ਕੰਡੀਸ਼ਨ ਅਤੇ
ਆਪਾਂ ਅੱਜ ਦੇ ਦੋਵੇਂ ਵਰਕਆਊਟ ਹੋ ਗਏ ਨੇ ਖਤਮ, ਅਤੇ ਹੁਣ ਆਪਾਂ ਵਰਕਆਊਟ ਖਤਮ ਕਰਕੇ ਆਪਣਾ ਖਾਵਾਂਗੇ ਦੇਸੀ ਡਾਇਟ। ਅਤੇ ਕੱਲ੍ਹ ਦਾ ਬਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਅਤੇ ਚਲੋ ਹੁਣ ਚੱਲਦੇ ਹਾਂ ਘਰ ਅਤੇ ਖਾਂਦੇ ਹਾਂ ਆਪਣੀ ਦੇਸੀ ਡਾਇਟ। ਨਾਲੇ ਮੈਨੂੰ ਜ਼ਰੂਰ ਦੱਸਣਾ ਕਿ ਮੈਂ ਕਿਹੜਾ ਕਿਹੜਾ ਹੋਰ ਵਰਕਆਊਟ ਕਰ ਸਕਦਾ ਹਾਂ, ਅਤੇ ਕਿਹੜੇ ਕਿਹੜੇ ਵਰਕਆਊਟ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਪੈ ਸਕਦਾ। ਅਤੇ ਡਾਇਟ ਵੀ ਤੁਸੀਂ ਮੈਨੂੰ ਰਿਕਮੈਂਡ ਕਰ ਸਕਦੇ ਹੋ ਕਿ ਆਹ ਸਹੀ ਹੈ ਜਾਂ ਨਹੀਂ। ਅਤੇ ਤੁਹਾਡੇ ਹੀ ਹੈ ਸਾਰੇ, ਮੈਂ ਬੋਡੀ ਟ੍ਰਾਂਸਫੋਰਮ ਦਾ ਡੇ ਅੱਜ ਪਹਿਲਾ ਬਣਾਇਆ। ਅਤੇ ਚਲੋ ਵਰਕਆਊਟ ਤੋਂ ਬਾਅਦ ਆਪਾਂ ਹੁਣ ਖਾਵਾਂਗੇ ਉਬਲੇ ਹੋਏ ਆਲੂ ਜੀਰੇ ਵਾਲੇ, ਅਤੇ ਨਾਲ ਗੁੜ, ਅਤੇ ਨਾਲੇ ਮੂੰਗਫਲੀ, ਕੱਚੀ ਮੂੰਗਫਲੀ, ਅਤੇ ਨਾਲੇ ਛੋਲੇ। ਅਤੇ ਆਪਾਂ ਇਹ ਵਰਕਆਊਟ ਤੋਂ ਬਾਅਦ ਰੋਜ਼ ਖਾਵਾਂ ਕਰਾਂਗੇ। ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਇਸਦੀ ਜਗ੍ਹਾ ਮੈਂ ਹੁਣ ਵਰਕਆਊਟ ਤੋਂ ਬਾਅਦ ਕੀ ਖਾ ਸਕਦਾ ਹਾਂ। ਅਤੇ ਚਲੋ ਇਹਨੂੰ ਕਰਦੇ ਹਾਂ ਖਤਮ, ਅਤੇ ਫਿਰ ਆਪਾਂ ਦੱਸਦੇ ਹਾਂ ਤੁਹਾਨੂੰ ਆਪਾਂ ਸ਼ਾਮ ਦਾ ਖਾਣਾ। ਇਹਨੂੰ ਕਰ ਲੈਂਦੇ ਹੁਣ ਖਤਮ, ਦੇਸੀ ਡਾਇਟ ਖਾਣਾ ਨਜ਼ਾਰੇ ਲੱਗ ਗਿਆ। ਤਾਂ ਹੁਣ ਆਪਾਂ ਖਾਵਾਂਗੇ ਸਿੱਧਾ ਰਾਤ ਨੂੰ ਖਾਣਾ।